ਕਨੇ ਚੱਡਾ ਸਮੇਤ ਬਾਕੀ ਲੋਕ ਕਹਿ ਰਹੇ ਨੇ ਕਿ ਦਫਤਰਾਂ ਦੇ ਵਿੱਚ ਏਜੰਟ ਰੱਖਿਓ ਇਹਨੇ ਭ੍ਰਿਸ਼ਟਾਚਾਰ ਹੈ ਇਹਦਾ ਮਤਲਬ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰਕੇਲ ਨਹੀਂ ਪਾਇਆਗਾ ਸਰਕਾਰ ਦਾ ਕੋਈ ਅਫਸਰਾਂ ਤੇ ਖੌਫ ਨਹੀਂ ਹੈਗਾ ਬੇਈਮਾਨਾ ਅਫਸਰਾਂ ਦਾ ਰਾਜ ਚੱਲ ਰਿਹਾ ਹੈਗਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਹੀਂ ਤੇ ਜਿਹੜੇ ਐਮਐਲਏ ਉਹਨਾਂ ਨੂੰ ਦਫਤਰਾਂ ਦੇ ਵਿੱਚ ਛਾਪੇ ਮਾਰਦੀ ਕੋਈ ਜ਼ਰੂਰਤ ਨਹੀਂ ਹੁੰਦੀ ਅਗਰ ਮੁੱਖ ਮੰਤਰੀ ਭਗਵੰਤ ਮਾਨ ਉਹ ਉਸ ਦਿਨ ਜਿਹੜੇ 70 ਦੇ ਕਰੀਬ ਆਈਐਸ ਇਕੱਠੇ ਹੋ ਕੇ ਗਏ ਅਗਰ ਉਹਨਾਂ ਦੀਆਂ ਲਗਾਮਾਂ ਖਿੱਚ ਦਿੰਦੇ ਆਗੇ ਕੱਲੇ ਕੱਲੇ ਦੀ ਫਾਈਲ ਖੋਲ ਲੈਂਦੇ ਕਿ ਕਿੰਨਾ ਕਰਪਟ ਲਾਣਾ ਹੈ ਤੇ ਲਾਜ਼ਮੀ ਤੌਰ ਤੇ ਅਗਰ ਉਸ ਦਿਨ ਭਗਵੰਤ ਮਾਨ ਸਾਹਿਬ ਆਈਐਸ ਆਫੀਸਰ ਨੀਲਮਾ ਨੂੰ ਗ੍ਰਿਫਤਾਰ ਕਰ ਦਿੰਦੇ ਆਗੇ ਰੈਸਟ ਕਰਵਾ ਦਿੰਦੇ ਆਗੇ ਆਈਐਸ ਅਫਸਰ ਵੀ ਡਰ ਜਾਣੇ ਤੇ ਅੱਜ ਜਿਹੜੀ ਨਾਇਬ ਤਹਿਸੀਲਦਾਰ ਤਹਿਸੀਲਦਾਰ ਇਹਨਾਂ ਨੂੰ ਵੀ ਹੜਤਾਲ ਨਹੀਂ ਸੀ ਕਲਮਛੋੜ ਹੜਤਾਲ ਕਰਨੀ ਪੈਣੀ ਡੋਪੜ ਦੇ ਵਿਧਾਇਕ ਦਿਨੇਸ਼ ਚੱਡਾ ਨੇ ਅੱਜ ਇਹ ਗੱਲ ਕਹਿ ਦਿੱਤੀ ਕਿ ਕਿਸੇ ਦੀ ਭਾਵਨਾਵਾਂ ਨੂੰ ਵੀ ਥੇਸ ਪਹੁੰਚ ਪੰਜਾਬ ਦੀ ਅbschr ਸ਼ਾਈ ਹੈ ਚਾਹੇ ਉਹ ਜੂਨੀਅਰ ਲੈਵਲ ਤੇ ਹੈ ਚਾਹੇ ਉਹ ਸੀਨੀਅਰ ਲੈਵਲ ਤੇ ਹੈ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਬਾਲ ਵਿੰਗਾ ਵੀ ਨਹੀਂ ਕਰ ਸਕਦਾ ਇਹ ਸਾਬਤ ਹੋ ਚੁੱਕਾ ਚਾਹੇ ਸੂਬੇ 'ਚ ਜਿਹਦੀ ਮਰਜ਼ੀ ਸਰਕਾਰ ਹੋਵੇ ਜਿਹੜੀ ਮਰਜ਼ੀ ਪਾਰਟੀ ਹੋਵੇ ਜਿਹੜਾ ਮਰਜ਼ੀ ਮੁੱਖ ਮੰਤਰੀ ਹੋਵੇ ਜੇ ਅਫਸਰਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਤੇ ਕਿਤੇ ਤੁਹਾਡੀ ਸਰਕਾਰ ਨਾ ਡਿੱਗ ਪੇ ਜੇ ਤੁਹਾਡੇ ਐਮਲਏ ਨੂੰ ਨਾ ਅਸਤੀਫਾ ਦੇਣਾ ਪੈ ਜੇ ਹਰਿਆਣਾ ਨੇ 44 ਆਈਐਸ ਅਫਸਰਾਂ ਦੇ ਤੇ ਪੀਸ ਉੱਥੋਂ ਦੇ ਜਿਹੜੇ ਆਈਪੀਐਸ ਆਈਐਸ ਆ ਐਚਪੀਐਸ ਆ ਉਹਨਾਂ ਦੇ ਖਿਲਾਫ ਮੁੱਖ ਮੰਤਰੀ ਮਨੋਰ ਲਾਲ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ ਇੱਕ ਇੱਕ ਕਰਕੇ 13 ਦਿਨਾਂ ਦੇ ਵਿੱਚ ਉੱਥੇ ਦੋ ਆਈਐਸ ਅਫਸਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਰਿਆਣਾ ਵਿਜੀਲੈਂਸ ਬਿਊਰੋ ਨੂੰ ਵੜਾਂ ਦੇ ਮੌਕੇ ਵਿਪਤਾ ਵੇਲੇ ਔਕੀ ਘੜੀ ਦੇ ਵਿੱਚ ਇਹਨਾਂ ਨੇ ਕਲਮ ਛੋੜ ਹੜਤਾਲ ਕਰ ਦਿੱਤੀ ਇਹਨਾਂ ਨੇ ਸਾਬਤ ਕਰਤਾ ਕਿ ਅਸੀਂ ਬੇਈਮਾਨ ਬੇਈਮਾਨਾਂ ਨੂੰ ਨਾ ਫੜੋ ਕਿ ਜਿਨ੍ਹਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੈ ਇਹ ਕਹਿ ਸਕਦੇ ਕਿ ਸਾਡੇ ਚੋਂ ਕੋਈ ਵੀ ਬੇਈਮਾਨ ਨਹੀਂ ਆ ਅਸੀਂ ਦਫਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਲੈਂਦੇ ਅਸੀਂ ਲੋਕਾਂ ਕੋ ਵੱਡੀਆਂ ਨਹੀਂ ਲੈਂਦੇ ਅਸੀਂ ਵੱਡੀ ਖੋਰ ਨਹੀਂ ਆ ਪਹਿਲ ਦੇ ਆਧਾਰ ਤੇ ਕਰਦੇ ਆ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ ਇੱਥੇ ਏਜੰਟ ਰੱਖੇ ਹੋਏ ਨੇ ਅਫਸਰਾਂ ਨੇ ਆਪਾਂ ਕਹਿੰਦੇ ਕਿ ਦਿਨੇਸ਼ ਚੱਡਾ ਨੂੰ ਛਾਪਨ ਨਹੀਂ ਮਾਰਨਾ ਚਾ। ਪਰ ਚੁਣਿਆ ਹੋਇਆ ਵਿਧਾਇਕ ਅਗਰ ਲੋਕਾਂ ਦੀ ਦੁੱਖ ਤਕਲੀਫ ਦਫਤਰ ਜਾ ਕੇ ਕਹਿ ਰਿਹਾ ਕਿ ਇੱਥੇ ਤੁਸੀਂ ਏਜੰਟ ਰੱਖਿਓਏ ਨੇ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਆ। ਸਾਰਾ ਨਾਇਬ ਤਸਵੀਲ ਤੇ ਨਾਇਬ ਤਸਵੀਲ ਇਕੱਠੇ ਹੋ ਗਏ। ਦਿਨੇਸ਼ ਚੱਡਾ ਦੇ ਪੱਲੇ ਕੀ ਰਹਿ ਗਿਆ? ਪੱਲੇ ਦੇ ਸਰਕਾਰ ਦੇ ਨਹੀਂ ਰਹਿ ਗਿਆ ਦਿਨੇਸ਼ ਚੱਡਾ ਦਾ ਸਵਾਲ ਨਹੀਂ ਆ। ਕਿ ਕੱਲ ਤੋਂ 116 ਜਿਹੜੇ ਐਮਐਲਏ ਨੂੰ ਮੁੱਖ ਮੰਤਰੀ ਜਾਂ ਮੰਤਰੀ ਬਾਹਰ ਕੱਢ ਦੋ ਜਿਹੜੇ ਬਾਕੀ ਜਿਹੜੇ ਲੋਕ ਨੇ ਉਹ ਕਿਸੇ ਵੀ ਦਫਤਰ ਹੁਣ ਜਾਣ ਜੋਗੇ ਨਹੀਂ ਰਹਿ ਗਏ। ਜਿਹੜੇ ਮੰਤਰੀਆਂ ਤੇ ਐਮਐਲਏ ਨੂੰ ਇਹਨਾਂ ਲੋਕਾਂ ਨੇ ਰਾਹ ਦਿੱਤੇ ਹੋਣਗੇ ਨਾ ਵੀ ਤੁਸੀਂ ਇੱਥੋਂ ਦੋ ਪੈਸੇ ਕਮਾ ਸਕਦੇ ਹੋ ਉਹਨਾਂ ਨੂੰ ਤੇ ਸਰ ਕੋਈ ਅੱਜ ਤੱਕ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੈਗੀ ਫਿਰ ਅਫਸਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਦੋ ਰੂਲ ਨਹੀਂ ਹੋਣੇ ਚਾਹੀਦੇ ਦੋ ਨਿਜ਼ਮ ਨਹੀਂ ਹੋਣੇ ਚਾਹੀਦੇ ਕਿ ਪੋਲਿਟਿਸ਼ਨਾ ਵਾਸਤੇ ਗ੍ਰਿਫਤਾਰੀਆਂ ਫੜ ਲਓ ਵਿਜੀਲੈਂਸ ਰੰਗੇ ਹੀ ਨੇਰੇ ਸਵੇਰੇ ਫੜ ਲੈਂਦੇ ਨੇ ਕੰਧਾਂ ਟੱਪ ਕੇ ਫੜ ਲੈਂਦੇ ਤੇ ਜਿਹੜੇ ਤੁਹਾਡੇ ਅਫਸਰ ਨੇ ਤੁਸੀਂ ਉਹਨਾਂ ਨੂੰ ਹੱਥ ਨਹੀਂ ਪਾ ਸਕਦੇ ਦੋ ਕਾਨੂੰਨ ਹੈ ਇਹਦਾ ਮਤਲਬ ਹੈ ਸਰਕਾਰ ਗਲਤ ਹੈ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘpropto ਦੇ ਵਿਧਾਇਕ ਦਿਨੇਸ਼ ਚੱਡਾ ਨੇ ਅੱਜ ਇੱਕ ਗੱਲ ਕਹਿ ਦਿੱਤੀ ਵੀ ਕਿਸੇ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੋਵੇ ਚੰਡੀਗੜ੍ਹ ਨਗਰ ਨਿਗਮ ਆ ਉਹਨਾਂ ਨੇ ਇੱਕ ਫਰਮਾਨ ਸੁਣਾ ਦਿੱਤਾ ਜਿਹੜੀ ਚੰਡੀਗੜ੍ਹ ਦੀ ਜਾਂ ਟ੍ਰਾਈ ਸਿਟੀ ਦੇ ਬਾਹਰੋਂ ਵੀ ਗੱਡੀਆਂ ਆਉਣਗੀਆਂ ਉਹਨਾਂ ਤੇ ਦੁੱਗਣੀ ਪਾਰਕਿੰਗ ਫੀਸ ਲਿੱਤੀ ਜਾਵੇਗੀ ਇਸ ਗੱਲ ਉੱਤੇ ਬਾਕੀ ਪਾਰਟੀਆਂ ਦੇ ਮੂੰਹ ਕਿਉਂ ਬੰਦ ਹੋ ਗਏ ਨੇ ਤੀਜਾ ਮਸਲਾ ਜਿਹੜੀ ਅੱਜ ਭਾਜਪਾ ਦਾ ਵਫਦ ਗਵਰਨਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਮੁੱਖ ਮੰਤਰੀ ਦੀ ਸ਼ਿਕਾਇਤ ਕਰ ਦਿੱਤੀ ਹੈ ਸ਼ਿਕਾਇਤ ਕਿਉਂ ਕਰਨੀ ਪਈ ਤਿੰਨੋਂ ਮਸਲੇ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਭੁੱਲਰ ਸਾਹਿਬ ਦਨੇਸ਼ ਛੱਡਾ ਰੋਪੜ ਦੇ ਐਮਐਲਏ ਪਾਵਰਫੁੱਲ ਐਮਐਲਏ ਮੰਨੇ ਜਾਂਦੇ ਨੇ ਨੂੰ ਇਹ ਕਹਿਣਾ ਪਿਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੇਰਾ ਕਿਸੇ ਦਾ ਦਿਲ ਦਿਖਾਉਂਦਾ ਇਰਾਦਾ ਨਹੀਂ ਪਰ ਉਹਨੂੰ ਕਹਿਣਾ ਪਿਆ ਮਜਬੂਰ ਕਰ ਦਿੱਤਾ ਕਿਉਂਕਿ ਕੰਮ ਰੁਕ ਗਿਆ ਹੀ ਇਹਨਾਂ ਲੋਕਾਂ ਨੇ ਜਿਹੜੇ ਅਫਸਰ ਹੁੰਦੇ ਨਾ ਇਹ ਨਹੀਂ ਚਾਹੁੰਦੇ ਆਗੇ ਕਿ ਕਿਸੇ ਦੇ ਹਿਸਾਬ ਨਾਲ ਕੰਮ ਚਲੇ ਇਹ ਕਹਿੰਦੇ ਸਾਡੇ ਹਿਸਾਬ ਦੇ ਨਾਲ ਚਲੇ ਅਗਰ ਮੁੱਖ ਮੰਤਰੀ ਭਗਵੰਤ ਮਾਨ ਉਹ ਉਸ ਦਿਨ ਜਿਹੜੇ 70 ਦੇ ਕਰੀਬ ਆਈਐਸ ਇਕੱਠੇ ਹੋ ਕੇ ਗਏ ਅਗਰ ਉਹਨਾਂ ਦੀ ਲਗਾਮਾਂ ਖਿੱਚ ਦਿੰਦੇ ਹਗੇ ਕੱਲੇ-ਕੱਲੇ ਦੀ ਫਾਈਲ ਖੋਲ ਲੈਂਦੇ ਕਿ ਕਿੰਨਾ ਕਰਪਟ ਲਾਣਾ ਹੈ ਤੇ ਲਾਜ਼ਮੀ ਤੌਰ ਤੇ ਅਗਰ ਉਸ ਦਿਨ ਭਗਵੰਤ ਮਾਨ ਸਾਹਿਬ ਆਈਐਸ ਅਫੀਸਰ ਨੀਲ ਮਾਨੂ ਗ੍ਰਿਫਤਾਰ ਕਰ ਦਿੰਦੇ ਹਗੇ ਰੈਸਟ ਕਰਵਾ ਦਿੰਦੇ ਹਗੇ ਆਈਏ ਸਬਸਰ ਵੀ ਡਰ ਜਾਣੇ ਹਨ ਤੇ ਅੱਜ ਜਿਹੜੀ ਨਾਇਬ ਤਹਿਸੀਲਦਾਰ ਤਹਿਸੀਲਦਾਰ ਇਹਨਾਂ ਨੂੰ ਵੀ ਹੜਤਾਲ ਨਹੀਂ ਸੀ ਕਲਮ ਛੋੜ ਹੜਤਾਲ ਕਰਨੀ ਪੈਣੀ ਦਿਨੇਸ਼ ਚੱਡਾ ਦੇ ਪੱਲੇ ਕੀ ਰਹਿ ਗਿਆ ਦੇਖੋ ਪੱਲੇ ਦੇ ਸਰਕਾਰ ਦੇ ਨਹੀਂ ਰਹਿ ਗਿਆ ਦਿਨੇਸ਼ ਚੱਡਾ ਦਾ ਸਵਾਲ ਨਹੀਂ ਆਮ ਆਦੀ ਪਾਰਟੀ ਦਾ ਸਵਾਲ ਆ ਕਿ ਕੱਲ ਤੋਂ 116 ਜਿਹੜੇ ਐਮਐਲਏ ਨੂੰ ਮੁੱਖ ਮੰਤਰੀ ਜਾਂ ਮੰਤਰੀ ਬਾਹਰ ਕੱਢ ਦੋ ਜਿਹੜੇ ਬਾਕੀ ਜਿਹੜੇ ਲੋਕ ਨੇ ਉਹ ਕਿਸੇ ਵੀ ਦਫਤਰ ਹੁਣ ਜਾਣ ਜੋਗੇ ਨਹੀਂ ਰਹਿ ਗਏ ਜਿਹੜਾ ਵੀ ਜਾ ਕੇ ਉੱਥੇ ਚੈਕਿੰਗ ਕਰਨਗੇ ਜਿਹੜੇ ਜਾ ਕੇ ਤਾਨੇਦਾਰੀ ਕਰਦੇ ਸੀ ਐਮਐਲਏ ਹਾਲਾਂਕਿ ਗਲਤ ਆ ਇਹ ਜਾ ਕੇ ਦਫਤਰਾਂ 'ਚ ਛਾਪੇ ਨਹੀਂ ਮਾਰ ਸਕਦੇ ਲੇਕਿਨ ਜੇ ਕਰਦੇ ਹੀ ਤੇ ਹੁਣ ਕਿਹੜੇ ਮੂਹ ਨਾ ਜਾਣਗੇ ਦਿਨੇਸ਼ ਛੱਡਾ ਕਿਹੜੇ ਮੂਹ ਨਾ ਜਾਊਗਾ ਇਹ ਸਰਕਾਰ ਦੀ ਦਿਨੇਸ਼ ਛੱਡਾ ਦਾ ਨਹੀਂ ਰੋਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੱਲੇ ਨਹੀਂ ਕੁਝ ਰਹਿ ਗਿਆਗਾ ਜਿਹੜੇ ਜਾਂਦੇ ਨੇ ਦਫਤਰਾਂ ਦੇ ਵਿੱਚ ਕਿਸੇ ਨੂੰ ਰੰਗੇ ਅਤੀ ਪੜਦੇ ਕਿਸੇ ਨੂੰ ਜਾ ਕੇ ਅੱਧੀ ਰਾਤ ਚੌਂਕੀਆਂ 'ਚ ਛਾਪੇ ਮਾਰਦੇ ਕਿਸੇ ਤਹਿਸੀਲਦਾਰ ਦੀ ਕੁਰਸੀ ਤੇ ਜਾ ਕੇ ਬੈਠ ਗਏ ਹੈਡਮਾਸਟਰ ਦੀ ਕੁਰਸੀ ਤੇ ਜਾ ਕੇ ਬੈਠ ਗਏ ਉਹ ਹੁਣ ਸਾਰੇ ਬੰਦ ਹੋ ਜਾਣਗੇ ਹੁਣ ਜਿਹੜਾ ਵੀ ਦਫਤਰ ਜਾਊਗਾ ਅੱਜ ਤੇ ਪਟਵਾ ਇਕੱਠੇ ਹੋਗੇ ਰੈਵਨਿਊ ਡਿਪਾਰਟਮੈਂਟ ਦੇ ਕੱਲ ਨੂੰ ਟੀਚਰ ਇਕੱਠੇ ਹੋਣਗੇ ਕਿ ਸਾਡੇ ਸਕੂਲਾਂ ਦੇ ਵਿੱਚ ਐਮਐਲਏ ਕੋਣ ਛਾਪਾ ਮਾਰਨ ਹੋ ਗਿਆ ਕੁਲਦੀਪ ਸਿੰਘ ਢਾਲੀਵਾਲ ਕਿਵੇਂ ਜਾ ਕੇ ਉਹ ਜਿਹੜੀਆਂ ਬੀਬੀਆਂ ਖਾਣਾ ਬਣਾਉਂਦੀਆਂ ਉਹਨਾਂ ਦੇ ਜਾ ਕੇ ਕਿਵੇਂ ਪੱਤੀਲੇ ਚੈੱਕ ਕਰ ਸਕਦਾ ਕਿ ਗੰਡੇ ਪਾਏਗੇ ਟਮਾਟਰ ਪਾਏ ਕਿੰਨੇ ਟਮਾਟਰ ਪਾਏ ਕਿੰਨੇ ਗੰਡੇ ਪਾਏ ਆਗੇ ਨੇ ਉਹ ਸਾਰੇ ਬੰਦ ਹੋ ਗਏ ਤੇ ਤੁਹਾਡੀ ਹੈ ਕੀ ਜੇ ਤੁਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਤੁਹਾਨੂੰ ਕਾਹ ਟੰਗਣੇ ਪੈਣੇ ਇੱਕ ਕਾਹ ਨਹੀਂ ਟੰਗਣਾ ਪੈਣੇ ਕਈ ਕਾ ਟੰਗਣੇ ਪੈਣੇ ਆ ਔਰ ਇਹ ਨਹੀਂ ਹੋ ਸਕਦਾ ਕਿ ਆਪੋਜੀਸ਼ਨ ਪਾਰਟੀਆਂ ਦੇ ਕਾਲੀ ਜਾਂ ਕਾਂਗਰਸੀ ਕਰਪਟ ਨੇ ਉਹਦੇ ਚ ਆਈਐਸ ਅਫਸਰ ਵੀ ਕਰਪਟ ਨੇ ਪੀਸੀਐਸ ਅਫਸਰ ਵੀ ਕਰਪਟ ਨੇ ਤੇ ਅੱਜ ਦਿਨੇਸ਼ ਛੱਡੇ ਦਾ ਸਵਾਲ ਨਹੀਂ ਸਵਾਲ ਪੰਜਾਬ ਦਾ ਕਿ ਪੰਜਾਬ ਚ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਨੂੰ ਨਾਤ ਪਾਉਣੀ ਕਿ ਨਹੀਂ ਪਾਉਣੀ ਜਿਹੜੇ 48 ਵਿਜੀਲੈਂਸ ਵੱਲੋਂ ਲੈਟਰ ਲੀਕ ਕਰਵਾਇਆ ਗਿਆ ਹੈ ਜਾਣਬੁੱਝ ਕੇ ਕਰਵਾਇਆ ਗਿਆ ਲੀਕ ਉਹਦੇ ਖਿਲਾਫ ਕਾਰਵਾਈ ਨਹੀਂ ਸਰਕਾਰ ਨੇ ਕੀਤੀ ਤੇ ਫਿਰ ਤਾਂ ਉਸ ਦਿਨ ਹੀ ਦਿਨੇਸ਼ ਚੱਡਾ ਸਾਹਿਬ ਨੂੰ ਚਾਹੀਦਾ ਏ ਕਿ ਜੇ ਮੈਂ ਪੰਗਾ ਲੈ ਰਿਆ ਤੇ ਮੇਰੇ ਮੈਨੂੰ ਮੇਰਾ ਨੁਕਸਾਨ ਹੋਏਗਾ ਪੰਜਾਬ ਦੇ ਵਿੱਚ ਇੱਕ ਕਹਾਵਤ ਆ ਇੱਕ ਡੀਸੀ ਇੱਕ ਜ਼ਿਲੇ ਜੋ ਪਟਵਾਰੀ ਨਹੀਂ ਬਦਲ ਸਕਦਾ 10 ਡੀਸੀ ਵੀ ਜ਼ਿਲੇ ਜੋ ਪਟਵਾਰੀ ਨਹੀਂ ਬਦਲ ਸਕਦਾ ਲੇਕਿਨ 10 ਪਟਵਾਰੀ ਇੱਕ ਜ਼ਿਲੇ ਦਾ ਡੀਸੀ ਬਦਲਾ ਸਕਦੇ ਇਹ ਪੰਜਾਬ ਚ ਇੱਕ ਹੱਥ ਤੇ ਸਰੋਂ ਜਮਾਉਣ ਵਾਲੀ ਗੱਲ ਆ ਕਿ ਚਾਹੇ ਉਹ ਪਟਵਾਰੀ ਹੋਣ ਕਾਨੂੰਗੋਣ ਕਿਸੇ ਜੇਏ ਹੀ ਹੋਣ ਇੰਜੀਨੀਅਰ ਹੋਣ ਉਹ ਆਪਣੇ ਅਫਸਰ ਬਦਲਾ ਸਕਦੇ ਨੇ ਇੱਕ ਅਫਸਰ ਚਾਹੇ ਉਹ ਡੀਸੀ ਲੱਗਾ ਚਾਹੇ ਸੈਕਟਰੀ ਲੱਗਾ ਉਹ ਨਾ ਆਪਣੇ ਨਾਇਬ ਤਹਿਸੀਲਦਾਰ ਨੂੰ ਬਦਲਾ ਸਕਦਾ ਹੈ ਨਾ ਪਟਵਾਰੀ ਨੂੰ ਬਦਲਾ ਸਕਦਾ ਹੈ ਨਾ ਉਹ ਜੂਨੀਅਰ ਇੰਜੀਨੀਅਰ ਨੂੰ ਬਦਲਾ ਸਕਦਾ ਹੈ ਉਲਟਾ ਜੂਨੀਅਰ ਇੰਜੀਨੀਅਰ ਪਟਵਾਰੀ ਕਾਨੂੰਗੇ ਆਪਣੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਬਦਲਾ ਸਕਦੇ ਨੇ ਡਿਵੀਜ਼ਨਲ ਕਮਿਸ਼ਨਰ ਬਦਲਾ ਸਕਦੇ ਨੇ ਕਿਉਂਕਿ ਜਿਹਦੇ ਕੋਲ ਗੰਧੀ ਹੈ ਜਿਹਦੇ ਕੋ ਮਾਇਆ ਉਹ ਪੈਸਾ ਸੁੱਟ ਤਮਾਸ਼ਾ ਦੇਖ ਵਾਲਾ ਕੰਮ ਹੈ ਜਿਹਦੇ ਜਿਵੇਂ ਭਰਤੇ ਉਹਦੀ ਉਹਦੀ ਬੱਲੇ ਬੱਲੇ ਤੇ ਜਿਹੇ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਅਫਸਰਾਂ ਦੀ ਪੈਰਵਾਹੀ ਨਹੀਂ ਆਪਣੇ ਐਮ ਐਲ ਏ ਜੇ ਤੁਹਾਡਾ ਐਮ ਐਲ ਏ ਸਹੀ ਆ ਉਹਦਾ ਹੱਕ ਪਹਿਲਾਂ ਉਹਦੀ ਪੈਰਵਾਹੀ ਕਰੋ ਪਰ ਆ ਜਿਹੜੇ ਪੰਜਾਬ ਦੇ ਜਿਹੜੇ ਆਈ ਐਸ ਅਫਸਰ ਆ ਜਾਂ ਪੀ ਸੀ ਐਸ ਅਫਸਰ ਆ ਜਾਂ ਨਾਇਬ ਤਹਿਸੀਲ ਦਾ ਤਹਿਸੀਲਦਾਰ ਕਾਨੂੰਗ ਜਿਹੜਾ ਹਰ ਵਾਰ ਨਾ ਮਹੀਨੇ ਕੀ ਬਾਅਦ ਡਰਾਮਾ ਕਰ ਦਿੰਦੇ ਕਲਮ ਛੋੜ ਰੜਤਾਲ ਇਹਨਾਂ ਨੂੰ ਪੱਕੇ ਤੌਰ ਤੇ ਇਹਨਾਂ ਦੀ ਹੜਤਾਲ ਕਰ ਦੇਣੀ ਜੀ ਇਹਨਾਂ ਦੀ ਜਗ੍ਹਾ ਨਵੇਂ ਭਰਤੀ ਕਰ ਦੋ ਲਾਓ ਇਹੋ ਜਿਹਾ ਐਕਟ ਲਾਓ ਜਾ ਲਾਓ ਨੋ ਵਰਕ ਨੋ ਸਪੇ ਲਾਓ ਅਸਮਾ ਲਾਓ ਮਾਸ ਜਦੋਂ ਪ੍ਰਤਾਪ ਸਿੰਘ ਕੈਰੋਂ ਵੇਲੇ ਵੀ ਇਦਾਂ ਮਲਾਜਮਾਂ ਨੇ ਪਖੰਡ ਕਰਦੇ ਸੀ ਉਹਨਾਂ ਚੱਕਿਓ ਸਾਰੇ ਮਾਰੇ ਨਵੇਂ ਭਰਤੀ ਕਰਦੇ ਆ ਤੁਸੀਂ ਵੀ ਭਰਤੀ ਨਵੇਂ ਕਰ ਦੋ ਜabb ਵੀ ਖਤਮ ਹੋਊਗਾ ਔਰ ਜਿਹੜਾ ਵੀ ਕਰਪਟ ਆਈਐਸ ਆ ਉਹਦੇ ਖਿਲਾਫ ਗਵਰਨਮੈਂਟ ਆਫ ਇੰਡੀਆ ਨੇ ਕਿ ਸਸਪੈਂਡ ਕਰੋ ਅਗਰ ਨੀਲਮਾ ਔਰ ਜਿਹੜੇ ਆਈਐਸ ਅਫਸਰ ਜਿਨ੍ਹਾਂ ਦੀਆਂ ਘਰਵਾਲੀਆਂ ਦੇ ਖਾਤਿਆਂ ਚ ਕਰੋੜਾਂ ਰੁਪਏ ਗਏ ਉਹਨਾਂ ਨੂੰ ਵਿਜੀਲੈਂਸ ਨੇ ਫੜਿਆ ਹੁੰਦਾ ਰੈਸਟ ਕੀਤਾ ਹੁੰਦਾ ਸਰਕਾਰ ਨੇ ਉਹਨਾਂ ਦੇ ਖਿਲਾਫ ਪ੍ਰੋਸੀਕਿਊਸ਼ਨ ਚਲਾਉਂਦੀ ਵਿਜੀਲੈਂਸ ਨੂੰ ਦਿੱਤੀ ਹੁੰਦੀ ਪਰਮਿਸ਼ਨ ਤੇ ਅੱਜ ਉਹ ਕਹਿੰਦੇ ਹੀ ਫਿਰ ਕੰਨ ਚ ਪਏ ਦੁਖਣੇ ਨਹੀਂ ਸੀ ਪਰ ਉਹਨੂੰ ਸਵਾਲ ਆ ਕਿ ਇਹ ਜਿਹੜੇ ਲੋਕ ਨੇ ਜਿਹੜੇ ਜਿਹੜੇ ਹੁਣ ਇਹਨਾਂ ਦੀ ਜੂਨੀਅਰ ਦੇ ਪ੍ਰਧਾਨ ਉਹ ਇਹ ਨਹੀਂ ਕਹਿ ਰਹੇ ਉਹ ਕਹਿੰਦੇ ਸਾਡੇ ਰਾਈਟ ਖੋਏ ਜਾ ਰਹੇ ਪਰ ਇਹ ਨਹੀਂ ਕਹਿ ਰਹੇ ਕਿ ਸਾਡੇ ਦਫਤਰਾਂ ਦੇ ਵਿੱਚ ਕ腐ਸ਼ਨ ਨਹੀਂ ਹੈਗੀ ਜਾਂ ਤੇ ਕਹਿਣ ਕਿ ਸਾਡੇ ਦਫਤਰਾਂ ਦੇ ਵਿੱਚ ਕ腐ਸ਼ਨ ਨਹੀਂ ਹੈ ਅਸੀਂ ਏਜੰਟ ਨਹੀਂ ਰੱਖਿਆਗੇ ਐਮਐਲਏ ਨੇ ਆਗੇ ਸਾਡੀ ਬੇਇੱਜ਼ਤੀ ਅਗਰ ਐਮਐਲਏ ਜਾ ਕੇ ਕਾਗਜ਼ ਵੇਖ ਲੇ ਜਾਂ ਲੋਕਾਂ ਨੂੰ ਤੁਹਾਡੇ ਦਫਤਰ ਜੁ ਬੈ ਕੇ ਦੁੱਖ ਤਕਲੀਫ ਸੁਣ ਲੇ ਤੁਹਾਡੀ ਕੀ ਤੁਹਾਡੀ ਹੱਤਕ ਹੋਗੀ ਤੁਹਾਡੇ ਤੇ ਕੀ ਬਦੀ ਕੀ ਹੋਗੀ ਪਰ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਆਪਣੇ ਐਮਐਲਏ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਨਾ ਜਾਓ ਔਰ ਜੇ ਪੰਜਾਬ ਦੇ ਐਮਐਲਏ ਜਾ ਰਹੇ ਨੇ ਦਫ਼ਤਰਾਂ ਦੇ ਵਿੱਚ ਜੇ ਦਿਨੇਸ਼ ਚੱਡਾ ਸਮੇਤ ਬਾਕੀ ਲੋਕ ਕਹਿ ਰਹੇ ਨੇ ਕਿ ਦਫਤਰਾਂ ਦੇ ਵਿੱਚ ਏਜੰਟ ਰੱਖਿਓ ਇਹਨੇ ਭ੍ਰਿਸ਼ਟਾਚਾਰ ਹੈ ਇਹਦਾ ਮਤਲਬ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕੇ ਨਹੀਂ ਪਾਇਆਗਾ ਸਰਕਾਰ ਦਾ ਕੋਈ ਅਫਸਰਾਂ ਦੇ ਖੌਫ ਨਹੀਂ ਹੈਗਾ ਬੇਈਮਾਨਾ ਅਫਸਰਾਂ ਦਾ ਰਾਜ ਚੱਲ ਰਿਹਾ ਹੈਗਾ ਭ੍ਰਿਸ਼ਟਾਚਾਰ ਦਾ ਬੋਲਬਾਲ ਨਹੀਂ ਤੇ ਜਿਹੜੇ ਐਮਐਲਏ ਉਹਨਾਂ ਨੂੰ ਦਫਤਰਾਂ ਦੇ ਵਿੱਚ ਛਾਪੇ ਮਾਰਦੀ ਕੋਈ ਜ਼ਰੂਰਤ ਨਹੀਂ ਔਰ ਇਹ ਵੀ ਨਾ ਕਹਿਣ ਕਿ ਪਿਛਲੇ ਵਿਗੜੇ ਹੋਏ ਨੇ 18 ਮਹੀਨੇ ਤੁਹਾਨੂੰ ਹੋ ਗਏ ਨੇ ਵਿਗੜਿਆ ਤਿਗੜਿਆ ਦਾ ਪੀਰ ਹੁੰਦਾ ਡੰਡਾ ਤੇ ਜੇ ਤੁਸੀਂ ਸ਼ਕਤੀ ਕਰੋਗੇ ਮਾਰ ਮਾਰ ਕੇ ਟਕਾਂ ਟੰਗੋਗੇ ਤੇ ਇੱਕ ਦਿਨ ਚ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਮਾਨ ਸਰਕਾਰ ਵੇਲੇ ਬੋਰਡ ਤਿੰਨੇ ਲਾ ਦਿੱਤੇ ਗਏ ਵੀ ਅਸੀਂ ਇਨੇ ਭ੍ਰਿਸ਼ਟਚਾਰੀ ਅੰਦਰ ਕਰਤੇ ਅੱਧੇ ਤੋਂ ਵੱਧ ਦਰਜਨ ਤੋਂ ਵੱਧ ਜਿਹੜੇ ਮੰਤਰੀ ਸੀਗੇ ਸਭ ਕੋ ਅੰਦਰ ਕਰਤੇ ਐਮਐਲਏ ਅੰਦਰ ਕਰ ਦਿੱਤੇ ਪਰ ਜਿਨ੍ਹਾਂ ਨੂੰ ਇਹਨਾਂ ਜਿਹੜੇ ਮੰਤਰੀਆਂ ਤੇ ਐਮਐਲਏ ਨੂੰ ਇਹਨਾਂ ਲੋਕਾਂ ਨੇ ਰਾਹ ਦਿੱਤੇ ਹੋਣਗੇ ਨਾ ਵੀ ਤੁਸੀਂ ਇੱਥੋਂ ਦੋ ਪੈਸੇ ਕਮਾ ਸਕਦੇ ਉਹਨਾਂ ਨੂੰ ਤੇ ਸਰ ਕੋਈ ਅੱਜ ਤੱਕ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਹੈਗੀ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਕਹਿੰਦੇ ਕਿ ਜੇ ਮੰਨ ਕੇ ਚੱਲਦੇ ਕਿ ਪਿਛਲੇ ਨੇ ਕ腐ਸ਼ਨ ਕੀਤੀ ਉਹ ਸਿਰਫ ਉਹਨਾਂ ਨੇ ਕੀਤੀ ਨਾਲ ਅਫਸਰ ਵੀ ਆ ਫਿਰ ਅਫਸਰਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਦੋ ਰੂਲ ਨਹੀਂ ਹੋਣੇ ਚਾਹੀਦੇ ਦੋ ਨਿਜ਼ਮ ਨਹੀਂ ਹੋਣੇ ਚਾਹੀਦੇ ਕਿ ਪੋਲਿਟਿਸ਼ਨਾਂ ਵਾਸਤੇ ਗ੍ਰਿਫਤਾਰੀਆਂ ਫੜ ਲਓ ਵਿਜੀਲੈਂਸ ਰੰਗੇਤ ਨੇਰੇ ਸਵੇਰੇ ਫੜ ਲੈਂਦੇ ਨੇ ਕੰਧਾਂ ਟੱਪ ਕੇ ਫੜ ਲੈਂਦੇ ਤੇ ਜਿਹੜੇ ਤੁਹਾਡੇ ਅਫਸਰ ਨੇ ਤੁਸੀਂ ਉਹਨਾਂ ਨੂੰ ਹੱਥ ਨਹੀਂ ਪਾ ਸਕਦੇ ਦੋ ਕਾਨੂੰਨ ਹੈ ਇਹਦਾ ਮਤਲਬ ਸਰਕਾਰ ਗਲਤ ਆ ਬਰਾਬਰ ਠੋਕੋ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਕੋਈ ਆਫੀਸਰ ਹੈ ਚਾਹੇ ਤਹਿਸੀਲਦਾਰ ਹੈ ਚਾਹੇ ਕੋਈ ਆਈਐਸ ਅਫਸਰ ਹੈ ਜਿੰਨੇ ਵੀ ਲੁੱਟਿਆ ਉਹ ਉਹਦੀ ਜਗਾ ਜੇਲਾ ਹੁਣ ਸਵਾਲ ਇਹ ਆ ਕਿ ਆਪ ਖਬਰਾਂ ਛਾਪ ਗਿਆ ਕਿ ਪਠਾਨਕੋੜ ਦੇ ਵਿੱਚ ਇੱਕ ਬੀਡੀਪੀ ਨੂੰ ਹਫਤੇ ਦੇ ਵਿੱਚ ਡੀਡੀਪੀਓ ਬਣਾ ਦਿੱਤਾ ਦੋ ਦਿਨ ਵਾਸਤੇ ਨੂੰ ਏਡੀਸੀ ਬਣਾ ਦਿੱਤਾਗਾ ਤੀਜੇ ਦਿਨ ਉਹ ਰਿਟਾਇਰ ਹੋ ਗਿਆ ਆਪਣੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ 100 ਏਕੜ ਜ਼ਮੀਨ ਜਿੱਥੋਂ ਮਾਈਨਿੰਗ ਹੋਣ ਦੀ ਸੰਭਾਵਨਾ ਉਥੇ ਰਸੂਕਦਾਰ ਲੋਕਾਂ ਨੂੰ ਦੇ ਗਏ ਨੇ ਉਸ ਮੰਤਰੀ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈਗੀ ਉਸ ਅਫਸਰ ਨੂੰ ਵੀ ਜੇਲ੍ਹ ਚ ਸੁੱਟਣਾ ਚਾਹੀਦਾ ਹੈਗਾ ਲੇਕਿਨ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਉਹ ਪਿਛਲਿਆਂ ਨੂੰ ਫੜ ਲਿਆ ਪੋਲਿਟਿਸ਼ਨਾਂ ਨੂੰ ਜਿਸ ਦਿਨ ਅਫਸਰ ਫੜਨੇ ਸ਼ੁਰੂ ਕਰ ਦਿੱਤੇ ਹੈਗੇ 18 ਮਹੀਨਿਆਂ ਚ ਆ ਜਿਹੜੇ 18 ਮਹੀਨਿਆਂ ਚ ਇਹਨਾਂ ਨੇ ڪرਪਟਾ ਕੀਤਾ ਹੈਗੇ ਨੇ ਬੇਈਮਾਨ ਅਫਸਰਾਂ ਨੇ ਉਹਨਾਂ ਦੇ ਖਿਲਾਫ ਵੀ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਬਰਾਬਰ ਦਾ ਰੱਖਣ ਕਾਨੂੰਨ ਦੋ ਕਾਨੂੰਨ ਨਾ ਕਰਨ ਔਰ ਐਮਐਲਏ ਜੇ ਤੁਹਾਡੇ ਜਾ ਰਹੇ ਨੇ ਉਹਨੂੰ ਰੋਕੋ ਤੇ ਜੇ ਤੁਹਾਡੇ ਐਮਐਲਏ ਸੱਚੇ ਨੇ ਕਿ ਇਹਨਾਂ ਦਫਤਰਾਂ ਦੇ ਵਿੱਚ ਭ੍ਰਿਸ਼ਟਾਚਾਰ ਚੱਲਦਾ ਤਹਿਸੀਲਦਾਰਾਂ ਦੇ ਦਫਤਰਾਂ ਐਸਡੀਐਮ ਦੇ ਦਫਤਰਾਂ ਦੇ ਵਿੱਚ ਉਸ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵੀ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਵੀ ਤੇ ਬਾਕੀ ਜਿਹੜੇ ਐਸਡੀਐਮਾਂ ਜਾਂ ਏਡੀਸੀ ਉਹ ਵੀ ਬਰਾਬਰ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਬਦਲ ਦੇਣਾ ਚਾਹੀਦਾਗਾ ਉਹਨਾਂ ਨੂੰ ਖੁੱਡੇ ਲਾਈਨ ਜਿਵੇਂ ਸਰਵਿਸ ਦੇ ਵਿੱਚ ਇੱਕ ਸ਼ਬਦਾ ਖੁੱਡੇ ਲਾਈਨ ਉਹਨਾਂ ਸਾਰਿਆਂ ਨੂੰ ਖੁੱਡੇ ਲਾਈਨ ਲਾ ਦੇਣਾ ਚਾਹੀਦਾਗਾ ਦੂਜਾ ਮਸਲਾ ਹੈਗਾ ਵੀ ਚੰਡੀਗੜ੍ਹ ਰਾਜਧਾਨੀ ਪੰਜਾਬ ਦੀ ਤੇ ਰਾਜਧਾਨੀ ਹਰਿਆਣਾ ਦੀ ਨਵਾਂ ਜਿਹੜਾ ਫਰਮਾਨ ਸੁਣਾ ਦਿੱਤਾ ਜਿਹਨੂੰ ਅਸੀਂ ਤੁਗਲਕੀ ਫਰਮਾਨ ਕਵਾਂਗੇ ਚੰਡੀਗੜ੍ਹ ਨਗਰ ਨਿਗਮ ਦਾ ਜਿਹੜੀ ਹਰਿਆਣਾ ਤੇ ਪੰਜਾਬ ਤੋਂ ਬਾਹਰੋਂ ਦੀ ਗੱਡੀਆਂ ਆਣ ਗਿਆ ਉਹਨਾਂ ਤੇ ਡਬਲ ਪਾਰਕਿੰਗ ਫੀਸ ਵਸੂਲੀ ਜਾਏਗੀ ਨਾ ਭਾਜਪਾ ਬੋਲੀ ਨਾ ਕਾਲੀ ਦਲ ਬੋਲੀ ਨਾ ਕਾਂਗਰਸ ਬੋਲੀ ਨਾ ਆਪ ਬੋਲੀ ਕਾਰਨ ਕੀ ਹੈ ਇਹਨਾਂ ਦੇ ਮੂੰਹ ਕੇ ਬੰਦ ਹੋ ਗਏ ਨੇ ਸਾਰੇ ਪਾਰਟੀਆਂ ਦੇ ਬਿਲਕੁਲ ਸਭ ਤੋਂ ਵੱਡੀ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਨਗਰ ਨਿਗਮ ਦਾ ਆਨ ਬੜਾ ਫੈਸਲਾ ਤੁਗਲਕੀ ਫੈਸਲਾ ਉਹਦੇ ਚ ਨਾ ਹਰਿਆਣੇ ਦੀ ਬੀਜੇਪੀ ਨਾ ਪੰਜਾਬ ਦੀ ਬੀਜੇਪੀ ਨਾ ਪੰਜਾਬ ਕਾਂਗਰਸ ਨਾ ਹਰਿਆਣਾ ਕਾਂਗਰਸ ਨਾ ਹਰਿਆਣੇ ਦੀ ਅਨੈਲੋ ਨਾ ਹਰਿਆਣੇ ਦੀ ਜਜਪੀ ਨਾ ਪੰਜਾਬ ਦੀ ਆਮ ਆਦੀ ਪਾਰਟੀ ਨਾ ਸੀਪੀਆਈ ਨਾ ਸੀਪੀਐਮ ਨਾ ਹਰਿਆਣੇ ਦੀ ਸੀਪੀਆਈ ਨਾ ਹਰਿਆਣੇ ਦਾ ਸੀਪੀਐਮ ਨਾ ਬਸਪਾ ਕੋਈ ਵੀ ਨਹੀਂ ਬੋਲਿਆ ਜਦ ਉਹਨਾਂ ਤਾਂ ਖਾਲੇ ਨਗਰ ਨਿਕਮੇ ਵੱਲੋਂ ਪਾਸ ਕੀਤਾ ਗਿਆ ਅਜੰਡਾ ਉਹ ਨਹੀਂ ਪਹੁੰਚਿਆਗਾ ਔਰ ਇਹ ਤੇ ਹਿੰਦੁਸਤਾਨ ਦੇ ਕਾਨੂੰਨ ਦੇ ਵਿਰੁੱਧ ਆ ਪਾਰ ਸਰਕਾਰ ਦੇ ਕਾਨੂੰਨ ਦੇ ਵਿਰੁੱਧ ਆ ਇਹ ਪਤਾ ਨਹੀਂ ਨਗਰ ਨਿਗਮ ਦੇ ਕੌਂਸਲਰਾਂ ਨੇ ਕਿਵੇਂ ਪਾਸ ਕਰ ਦਿੱਤਾਗਾ ਕੱਲ ਨੂੰ ਪੰਜਾਬ ਵਾਲੇ ਕਹਿਣਗੇ ਹਰਿਆਣੇ ਵਾਲੇ ਕਹਿਣਗੇ ਦਿੱਲੀ ਵਾਲੇ ਕਹਿਣਗੇ ਹਰ ਸਟੇਟ ਆਪਣੇ ਆਪਣੇ ਕਹਿ ਦੂਗਾ ਕਿ ਮੇਰੇ ਦਿੱਲੀ ਦਾ ਜਿਹੜੀ ਸਰਕ ਨੰਬਰ ਹੋਣਗੇ ਗੱਡੀਆਂ ਦੇ ਮਾਲਕ ਉਹਨਾਂ ਵਾਸਤੇ ਪਾਰਕਿੰਗ ਫਰੀ ਆ ਜਿਹੜੇ ਦੂਜੇ ਸੂਬਿਆਂ ਤੋਂ ਆਉਣਗੇ ਉਹਨਾਂ ਵਾਸਤੇ ਪਾਰਕਿੰਗ ਡਬਲ ਆ ਇਹ ਤੇ ਹਾਸੋ ਹੀ ਨਾ ਮੂਰਖਤਾ ਨਾਲ ਭਰਿਆ ਹੋਇਆ ਫੈਸਲਾ ਪਰ ਸਵਾਲ ਹੈ ਕਿ ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਨਹੀਂ ਬੋਲਿਆ ਨੈਲੋ ਨਹੀਂ ਬੋਲੀ ਭਾਜਪਾ ਨਹੀਂ ਬੋਲੀ ਜੱਜਪਾ ਨਹੀਂ ਬੋਲੀ ਕੋਈ ਨਹੀਂ ਬੋਲਿਆ ਔਰ ਅੱਜ ਜਾਖੜ ਸਾਹਿਬ ਨੂੰ ਚਾਹੀਦਾ ਹੈ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਭਾਜਪੀ ਦੀ ਨਗਰ ਨਿਗਮਾਂ ਸੈਂਟਰ 'ਚ ਵੀ ਆ ਤੁਸੀਂ ਪੰਜਾਬ ਦੇ ਰਾਜਪਾਲ ਨੂੰ ਮਿਲੇ ਹੋ ਉਹ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਵੀ ਆ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੀ ਤੁਹਾਡੀ ਨਗਰ ਨਿਗਮ ਨੇ ਅਜੰਡਾ ਪਾਸ ਕੀਤਾ ਹੈ ਤੁਰੰਤ ਰੱਦ ਕੀਤਾ ਜਾਵੇ ਅਗਲੀ ਮੀਟਿੰਗ ਦੇ ਵਿੱਚ ਔਰ ਅਗਰ ਜੇ ਇਹ ਫੈਸਲਾ ਲਾਗੂ ਹੋ ਜਾਂਦਾ ਕਿਉਂਕਿ ਹੱਲੇ ਉਹ ਉਹ ਪਾਰਕਿੰਗ ਉਹ ਬਣਾਉਣੀ ਡਿਜੀਟਲਾਈਜੇਸ਼ਨ ਪਾਰਕਿੰਗ ਬਣਾਉਣੀ ਆ ਜੇ ਫੈਸਲਾ ਲਾਗੂ ਹੋ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ ਤੇ ਹੈ ਨਾਲ ਦੀ ਨਾਲ ਸਿਸਟਮ ਦੇ ਖਿਲਾਫ ਦੇਸ਼ ਦੇ ਸਿਸਟਮ ਦੇ ਖਿਲਾਫ ਆ ਕਿ ਕਿਵੇਂ ਇੱਕ ਨਗਰ ਨਿਗਮ ਇਦਾਂ ਦਾ ਬੇਤੁਕਾ ਮੂਰਖ ਭਰਿਆ ਫੈਸਲਾ ਕਰ ਸਕਦੀ ਹੈਗੀ ਤੇ ਇਸ ਮਸਲੇ 'ਚ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਔਰ ਜਿੱਤੇ ਭਾਜਪਾ ਦਾ ਇੱਕ ਵਫਦ ਰਾਜਪਾਲ ਨੂੰ ਮਿਲਿਆ ਉੱਥੇ ਅਜ ਇੱਕ ਸ਼੍ਰੋਮਣੀ ਕਾਲੀ ਦਲ ਦਾ ਯੂਥ ਵਿੰਗ ਨੇ ਵੀ ਅੱਜ ਕੀਤਾ ਸਿਆਸੀ ਡਰਾਮਾ ਕਰਦੇ ਅੱਜਕਲ ਸਾਰੇ ਔਰ ਉਸ ਸਿਆਸੀ ਡਰਾਮੇ ਦੇ ਵਿੱਚ ਜਿਹੜੇ ਉਹਨਾਂ ਨੇ ਆ ਆਮ ਆਦੀ ਪਾਰਟੀ ਨੂੰ ਜਾਂ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਲੱਡੂ ਭੇਜੇ ਉਹਨਾਂ ਨੂੰ ਇੱਕ ਸਮੰਗ ਪੱਤਰ ਦੇ ਵਿੱਚ ਇਹ ਵੀ ਲਿਖ ਦੇਣਾ ਚਾਹੀਦਾ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਨਗਰ ਨਿਗਮ ਨੇ ਫੈਸਲਾ ਕੀਤਾ ਸਾਨੂੰ ਮਨਜ਼ੂਰ ਨਹੀਂ ਆ ਅਸੀਂ ਕਹਿਣਾ ਚਾਹੀਦਾ ਨਾ ਅਸੀਂ ਲਾਗੂ ਕਰ ਦੇਣਾ ਤੇ ਨਾ ਸਾਡੀਆਂ ਜਿਹੜੀਆਂ ਪੰਜਾਬ ਤੇ ਹਰਿਆਣਾ ਤੋਂ ਗੱਡੀਆਂ ਆਉਣਗੀਆਂ ਅਸੀਂ ਉਹਨਾਂ ਨੂੰ ਬਰਾਬਰ ਦੇ ਪੈਸੇ ਦੇਵਾਂਗੇ ਜੋ ਚੰਡੀਗੜਾ ਵਾਲੇ ਵਾਸਤੇ ਰੇਟ ਫਿਕਸ ਆ ਦੂਜਿਆਂ ਵਾਸਤੇ ਡਬਲ ਰੇਟ ਨਹੀਂ ਜਿੰਨਾ ਰੇਟ ਫਿਕਸ ਹੋ ਉਹਨਾਂ ਉਸ ਤੋਂ ਅਹੀ ਇੱਕ ਪੈਸੇ ਨਹੀਂ ਦੇਣੇ ਮੈਨੂੰ ਲੱਗਦਾ ਇਹ ਬੜਾ ਭਾਜਪੀ ਨੂੰ ਚਾਹੀਦਾ ਇਹ ਫੈਸਲੇ ਤੇ ਦੁਬਾਰਾ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਅਜਿਹੇ ਜਿਹੜੇ ਮੂਰਖਤਾ ਭਰੇ ਫੈਸਲੇ ਨਾ ਉਹ ਨਹੀਂ ਲੈਣੇ ਚਾਹੀਦੇ ਕਿ ਉਹ ਸਭ ਤੋਂ ਪਾਰਕਿੰਗ ਦੀ ਲੋੜ ਕੀ ਹੈ ਫ੍ਰੀ ਪਾਰਕਿੰਗ ਚਾਹੀਦੀ ਆ ਔਰ ਜਿਹੜੇ ਹੁਣ ਕਹਿੰਦੇ ਕਿ ਜਿਹੜੇ ਟੂ-ਵੀਲਰ ਉਹਨਾਂ ਵਾਸਤੇ ਫ੍ਰੀ ਹੈ ਤੇ ਜਿਹੜੇ 2 ਘੰਟੇ ਵਾਸਤੇ ਤੁਸੀਂ ਗੱਡੀ ਲੈ ਕੇ ਜਾਓਗੇ 15 ਰੁਪਏ 2 ਤੋਂ ਲੈ ਕੇ 4 ਘੰਟੇ ਨੂੰ 40 ਰੁਪਏ ਇਹ ਕੀ ਗੱਲ ਆ ਬਾਪੂ ਦਾ ਰਾਜ ਹੈਗਾ ਤੇ ਇਸ ਕਰਕੇ ਜਿਹੜੇ ਫੈਸਲੇ ਲੋਕਾਂ ਨੂੰ ਵੀ ਆਵਾਜ਼ ਇਕੱਠੀ ਹੋਣੀ ਚਾਹੀਦਾ ਲੋਕ ਇਕੱਠੇ ਹੋਣ ਔਰ ਇਹ ਜਿਹੜੇ ਬੇਤੁੱਕੇ ਜਿਹੜੇ ਫੈਸਲੇ ਨੇ ਉਹਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਗਵਰਨਰ ਸਾਹਿਬ ਨੂੰ ਮਿਲਣਾ ਚਾਹੀਦਾ ਪਰ ਇਹ ਵੀ ਤੁਸੀਂ ਕਦੀ ਗੱਲ ਨੋਟ ਕੀਤੀ ਹੋਏਗੀ ਤੁਸੀਂ ਆਪਣੀ ਗੱਡੀ ਚੰਡੀਗੜ੍ਹ ਦੀ ਪਾਰਕਿੰਗ ਦੇ ਵਿੱਚ ਲਾਉਨੇ ਹੋ ਆਮ ਲੋਕੀ ਪਾਰਕਿੰਗ ਫੀ ਦਿੰਦੇ ਨੇ ਜਿਹੜੇ ਮੰਤਰੀ ਦੀ ਗੱਡੀ ਆ ਜੇ ਅਫਸਰ ਦੀ ਗੱਡੀ ਆ ਜੇ ਪੁਲਿਸ ਵਾਲੇ ਆ ਜਨ ਉਹਨਾਂ ਨੇ ਕਦੀ ਫਾਰਕਿੰਗ ਫੀਸ ਦਿੱਤੀ ਨਹੀਂ ਹੈਗੀ ਤੇ ਪੈਸੇ ਤੇ ਫਿਰ ਜਿਹੜਾ ਆਮ ਪੈਸਾ ਦਾ ਜਿਹੜਾ ਬਜਟ ਦਾ ਜਿਹੜਾ ਬੋਝ ਹੈ ਉਹ ਤੇ ਆਮ ਲੋਕਾਂ ਦੀ ਪਵੇਗਾ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਅਫਸਰ ਦੇ ਟੋਲ ਟੈਕਸ ਵੀ ਨਹੀਂ ਦਿੰਦੇ ਮੰਤਰੀ ਦੇ ਟੋਲ ਟੈਕਸ ਵੀ ਨਹੀਂ ਦਿੰਦੇ ਇਹ ਤੇ ਗਰੀਬਾਂ ਵਾਸਤੇ ਆਮ ਲੋਕਾਂ ਵਾਸਤੇ ਕਾਨੂੰਨ ਬੰਦ ਹੈ ਨਾ ਜਾਂਦੇ ਜਿਹੜਾ ਹੁਣ ਮੇਅਰ ਆ ਜਾ ਜਿੰਨੇ ਕਾਉਂਸਲਰ ਇਹਨਾਂ ਵਾਸਤੇ ਤੇ ਪਾਸ ਫਰੀ ਆ ਗਏ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਨਹੀਂ ਇਹਨਾਂ ਦੀ ਗੱਡੀ ਇਹਨਾਂ ਦੇ ਟੱਬਰਾਂ ਦੀ ਗੱਡੀ ਦੀ ਸਟicker ਲੱਗ ਜਾਣਗੇ ਬੋਲ ਤੇ ਆਮ ਲੋਕਾਂ ਤੇ ਨਾ ਇਸ ਕਰਕੇ ਜਿਹੜਾ ਇਹ ਪ੍ਰਾਈਵੇਟ ਠੇਕੇਦਾਰ ਨੂੰ ਦੇਣ ਲੱਗੇ ਇਹ ਨਗਰ ਨਿਗਮ ਆਪ ਕਿਉਂ ਨਹੀਂ ਚਲਾ ਸਕਦਾ ਤੁਸੀਂ 15 ਰੁਪਏ ਦੀ ਬਜਾਏ 5 ਰੁਪਏ ਰੱਖੋ ਪ੍ਰਾਈਵੇਟ ਮਤਲਬ ਹਿੰਦੁਸਤਾਨ ਦੇ ਜਿਹੜਾ ਆਈਐਸ ਅਫਸਰ ਹਨ ਇਹਨਾਂ ਨੇ ਹਿੰਦੁਸਤਾਨ ਨੂੰ ਭਾਰਤ ਸਰਕਾਰ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਇੰਨਾ ਧੱਕ ਦਿੱਤਾਗਾ ਕਿ ਸਾਰਾ ਕੁਝ ਪ੍ਰਾਈਵੇਟ ਕਰ ਦਿਓ ਜੀ ਇਹ ਕਹਿ ਦਿੰਦੇ ਜੀ ਸਰਕਾਰਾਂ ਦੇ ਚਲਾ ਨਹੀਂ ਸਕਦੀਆਂ ਸਰਕਾਰਾਂ ਕੋ ਪੈਸੇ ਕਿੱਥੇ ਆ ਛੜਕਾਂ ਪ੍ਰਾਈਵੇਟ ਬਣਾ ਰਹੇ ਨੇ ਪੁਲ ਪ੍ਰਾਈਵੇਟ ਬਣਾ ਰਹੇ ਨੇ ਸੂਬਾ ਸਰਕਾਰਾਂ ਜਾਂ ਜਿਹੜੇ ਸਰਕਾਰ ਦੇ ادارے ਵੀ ਚਲਾ ਸਕਦੇ ਇਹ ਤੇ ਕਹਿੰਦੇ ਕਿ ਸਾਰਾ ਕੁਝ ਪ੍ਰਾਈਵੇਟ ਕਰ ਦਿਓ ਸਾਡੀਆਂ ਨੌਕਰੀਆਂ ਸਰਕਾਰੀ ਰਹਿਣ ਫਿਰ ਤੇ ਜਿਹੜੇ ਆਈਐਸ ਆਈਪੀਐਸ ਆ ਇਹ ਵੀ ਠੇਕੇ ਦੇ ਦੇ ਦੇਣੇ ਚਾਹੀਦੇ ਹਗੇ ਨੇ ਇਹ ਕੋ ਸਰਕਾਰਾਂ ਦੇ ਜਵਾਈ ਬਣ ਕੇ ਬੈਠੇ ਆ ਗਏ ਨੇ ਇਹਨਾਂ ਨੂੰ ਵੀ ਇਹਨਾਂ ਦੀਆਂ ਸੈਲਰੀਆਂ ਫਿਰ ਪ੍ਰਾਈਵੇਟ ਜਿਵੇਂ ਕੰਮ ਲੈਂਦੇ ਨਾ ਹੁਣ ਤੇ ਇਹਨਾਂ ਦੇ ਘਰ ਨੌਕਰੀ ਵੀ ਫਰੀ ਕੋਠੀਆਂ ਵੀ ਫਰੀ ਗੱਡੀਆਂ ਵੀ ਫਰੀ ਇੱਕ ਇੱਕ ਅਫਸਰ ਦੇ ਘਰ ਚਾਰ ਚਾਰ ਗੱਡੀਆਂ ਨੇ ਇਹਨਾਂ ਨੂੰ ਵੀ ਇੱਕ ਫਿਰ ਟੈਕਸੀ ਦੇਣੀ ਚਾਹੀਦੀ ਆ ਵੀ ਜਾ ਕੇ ਤੂੰ ਕੈਬ ਕਰਵਾ ਇਹਨਾਂ ਨੂੰ ਜਿਹੜੀਆਂ ਦਿੱਤੀਆਂ ਨੇ 20-20 ਲੱਖ ਦੀਆਂ ਕਾਰਾਂ ਉਹ ਤੇ ਇਹਨਾਂ ਨੂੰ ਨੈਨੋਕਾਰ ਦੇਣੀਆਂ ਚਾਹੀਦੀਆਂ ਗਿਆ ਫਿਰ ਸੁਧਰ ਕੇ ਫਿਰ ਆਮ ਲੋਕਾਂ ਨੂੰ ਸਮਝਣਗੇ ਕਿ ਦੁੱਖ ਤਕਲੀਫ ਹੁੰਦੇ ਕੀ ਆ ਜਦੋਂ ਗੱਡੀ ਚੋਰੀ ਹੋ ਜਾਂਦੀ ਹੈ ਪਰ ਕਹਿੰਦੇ ਵਿੱਚੋਂ ਤੇ ਕਹਿ ਦਿੰਦੇ ਨੇ ਵੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਨਹੀਂ ਹੈ ਅਸੀਂ ਤੇ ਬਸ ਗੱਡੀ ਆ ਵਹੀਕਲ ਖੜਾ ਕਰਨ ਦੇ ਪੈਸੇ ਲੈਣੇ ਨੇ ਨਹੀਂ ਇਹਦੇ ਚ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਕੈਮਰੇ ਲਾਉਣੇ ਚਾਹੀਦੇ ਇਹਨਾਂ ਨੂੰ ਗੱਡੀ ਜਦੋਂ ਇਨ ਹੁੰਦੀ ਆ ਉਦੋਂ ਨੰਬਰ ਪੈਂਦਾ ਗੱਡੀ ਦਾ ਆਊਟ ਆਫ ਵੇ ਉਹਨਾਂ ਨੂੰ ਵੇਖਣਾ ਚਾਹੀਦਾ ਹੈ ਸਲਿੱਪ ਵੇਖਣੀ ਚਾਹੀਦੀ ਇਹਦੇ ਐਕਟ ਇਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਚਾਹੀਦਾ ਹੈਗਾ ਔਰ ਪਹਿਲੀ ਗੱਲ ਪਾਰਕਿੰਗ ਦੇ ਵਿੱਚ ਇਹਨਾਂ ਨੂੰ ਇਹ ਵੀ ਗੱਡੀ ਦੀ ਵਿਵਸਥਾ ਹੋਣੀ ਚਾਹੀਦੀ ਹੈ ਵਿੰਗਿਆ ਟੇਡੀਆਂ ਨਹੀਂ ਕਿੰਨੀਆਂ ਪਾਰਕਿੰਗ ਹੈ ਲੋਕੀ ਘੁੰਮਦੇ ਰਹਿੰਦੇ ਨੇ ਵੀ ਜਗ੍ਹਾ ਨਹੀਂ ਮਿਲਦੀ ਤੇ ਇਹਦੇ ਇਹਨਾਂ ਦੀ ਠੇਕੇਦਾਰ ਦੀ ਜਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜੇ ਪਾਰਕਿੰਗ ਚੋਂ ਜੇ ਬੰਦੇ ਕੋਲ ਸਲਿੱਪ ਹੈ ਉਹਦੀ ਗੱਡੀ ਲੱਗੀ ਹੈ ਜੇ ਚੋਰੀ ਹੁੰਦੀ ਹੈ ਨਗਰ ਨਿਗਮ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਔਰ ਜੇ ਕੋ ਠੇਕਾ ਦਿੱਤਾ ਇਹਨਾਂ ਨੇ ਉਹ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਸੁਨੀਲ ਜਾਖੜ ਤੇ ਉਹਨਾਂ ਦਾ ਜਿਹੜਾ ਨਾਲ ਜਿਹੜੇ ਉਹਨਾਂ ਦੇ ਸਹਿਯੋਗੀ ਸੀਗੇ ਬੀਜੇਪੀ ਜੋ ਬੀਜੇਪੀ ਦਾ ਵਫਦ ਆਜੋ ਜਾ ਕੇ ਮਿਲਿਆ ਗਵਰਨਰ ਸਾਹਿਬ ਨੂੰ ਉਹਨਾਂ ਨੇ ਭਗਵੰਤ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਸ਼ਿਕਾਇਤ ਕਰ ਦਿੱਤੀ ਹੈ ਇਹ ਸ਼ਿਕਾਇਤ ਕਿਉਂ ਕਰਨੀ ਪਈ ਸਭ ਤੋਂ ਵੱਡੀ ਗੱਲ ਅੱਜ ਜਿਹੜੇ ਸੁਨੀਲ ਜਾਖੜ ਸਾਹਿਬ ਦੀ ਅਗਵਾਈ ਚ ਜਿਹੜਾ ਭਾਜਪਾ ਦਾ ਵਫਦ ਮਿਲਿਆ ਉਹ ਤਸਵੀਰ ਬੜੀ ਬਖੂਬੀ ਆ ਲੋਕੀ ਉਸ ਤਸਵੀਰ ਨੂੰ ਲੈ ਕੇ ਬੜਾ ਟਿੱਚਰਾ ਕਰ ਰਹੇ ਨੇ ਉਹ ਕਹਿੰਦੇ ਕਿ ਭਾਜਪਾ ਦੇ ਲੋਕ ਗਏ ਸੀ ਜਾਂ ਕਾਂਗਰਸ ਦੇ ਲੋਕ ਗਏ ਸੀ ਜਿਹੜੇ 10 ਜਾਣਿਆਂ ਦਾ ਵਫਦ ਆ ਉਹਨਾਂ ਚੋਂ ਇੱਕ ਅੱਧਾ ਹੀ ਭਾਜਪਾ ਵਾਲਾ ਬਾਕੀ ਸਾਰੇ ਸਾਰੇ ਕਾਂਗਰਸੀ ਜਿਹੜੇ ਭਾਜਪਾ ਚ ਆਏ ਸੁਨੀਲ ਜਾਖੜ ਸਾਹਿਬ ਕੇਵਲ ਸਿੰਘ ਢਿੱਲੋਂ ਬਲਬੀਰ ਸਿੰਘ ਸਿੱਧੂ ਲਖਵਿੰਦਰ ਕੌਰ ਗਰਚਾ ਗੁਰਪ੍ਰੀਤ ਸਿੰਘ ਕਾਂਗੜ ਡਾਕਟਰ ਰਾਜਕੁਮਾਰ ਮੇਰਕਾ ਔਰ ਜੈ ਇੰਦਰ ਕੌਰ ਇਹ ਸਾਰੇ ਉਹ ਨੇ ਜਿਹੜੇ ਕਾਂਗਰਸ ਸੀ ਹੀ ਉਹ ਬੀਜੇ ਉਹ ਉਹ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ ਉਹ ਸਵਾਲ ਦੂਜਾ ਕਿ ਕਿਉਂ ਸ਼ਿਕਾਇਤ ਕੀਤੀ ਉਹਨਾਂ ਨੂੰ ਇਹ ਲੱਗਦਾ ਕਿ ਭਾਜਪਾ ਨੇ ਆਪਣੀ ਹਾਜ਼ਰੀ ਪਾਉਣੀ ਆ ਔਰ ਅੱਜ ਕੱਲ ਹਾਜ਼ਰੀ ਪਾਉਣ ਦਾ ਤਰੀਕਾ ਪੋਲਿਟੀਕਲ ਪਾਰਟੀਆਂ ਕੋ ਕੀ ਰਹਿ ਗਿਆ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਲੋ ਇੱਕ ਪ੍ਰੈਸ ਕਾਨਫਰੰਸ ਕਰ ਲੋ ਫੇਸਬੁੱਕ ਤੇ ਤੇ ਟਵਿੱਟਰ ਤੇ ਮੈਸੇਜ ਦੇ ਦਿਓ ਇਹ ਪੋਲਿਟਿਕਸ ਆ ਖਾਨਾ ਪੂਰਤੀ ਵਾਲੇ ਨਾ ਇਹ ਫੀਲਡ ਤੇ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਕਿਉਂਕਿ ਉੱਥੇ ਗਰਮੀ ਬੜੀ ਆ ਲੋਕ ਇਕੱਠੇ ਕਰਨੇ ਪੈਣੇ ਹਗੇ ਨੇ ਲੋਕ ਇਕੱਠੇ ਨਹੀਂ ਹੁੰਦੇ ਤੇ ਸਸਤਾ ਸੌਦਾ ਟਿਕਾਊ ਸੌਦਾ ਕੀ ਆ ਪ੍ਰੈਸ ਕਾਨਫਰੈਂਸ ਕਰ ਲੋ ਗਵਰਨਰ ਸਾਹਿਬ ਨੂੰ ਮਿਲੋ ਟਵੀਟ ਕਰ ਦਿਓ ਤੁਹਾਡੀ ਹਾਜ਼ਰੀ ਪੈ ਗਈ ਇਸੇ ਕਰਕੇ ਪਾਰਟੀਆਂ ਦਾ ਮਾੜਾ ਹਾਲ ਹੋਇਆ ਇਹੋ ਹੁੰਦੇ ਪ੍ਰੋਟੈਸਟ ਕਰਦੇ ਪਗਵੰਤਾਂ ਦੇ ਘਰ ਜੇ ਉਥੇ ਡਾਂਗਾ ਤੋਂ ਡਰ ਲੱਗਦਾ ਹੈਗਾ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹਜ਼ਾਰ-ਹਜ਼ਾਰ ਬੰਦਾ ਉਥੇ ਇਕੱਠਾ ਲੈ ਕੇ ਜਾਂਦੇ ਪਤਾ ਲੱਗਦਾ ਕਿ ਬੀਜੇਪੀ ਦੇ ਕਾਡਰ ਹੈ ਬੀਜੇਪੀ ਦੇ ਪੱਲੇ ਹੈ ਕਿ ਨਹੀਂ ਹੈ ਬੀਜੇਪੀ ਕੋ ਕਾਡਰ ਹੈ ਕਿ ਨਹੀਂ ਆ 10 ਬੰਦਿਆਂ ਦੇ ਇੱਕ ਵਕਤ 20 ਮਿੰਟ ਉਥੇ ਦਿੱਤਾ ਫੋਟੋ ਹੋ ਗਈ ਚਾਹ ਪੀਤੀ 15 ਮਿੰਟ ਮੀਡੀਆ ਤੇ ਲਾਤੇ ਚਲੋ ਬੀਜੇਪੀ ਦੀ ਹਾਜ਼ਰੀ ਪੈ ਗਈ ਔਰ ਇਹੀ ਪਾਰਟੀ ਕਾਂਗਰਸ ਕਰ ਰਹੀ ਆ ਇਹੋ ਅਕਾਲੀ ਦਲ ਕਰ ਰਿਹਾ ਜਦ ਤੱਕ ਤੁਸੀਂ ਲੋਕ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਨਹੀਂ ਵਿਚਰਦੇ ਆਗੇ ਲੋਕਾਂ ਦੀ ਗੱਲ ਲੋਕਾਂ ਵਿੱਚ ਨਹੀਂ ਕਰਦੇ ਆਗੇ ਤਦ ਤੱਕ ਤੁਹਾਡੇ ਪੈਰ ਨਹੀਂ ਲੱਗਣੇ ਪ੍ਰੈਸ ਕਾਨਫਰੰਸਾਂ ਦੇ ਨਾਲ ਪੋਲਿਟਿਕਸ ਨਹੀਂ ਹੋਣੀ ਗਵਰਨਰਾਂ ਨੂੰ ਮੰਗ ਪੱਤਰ ਦੇ ਕੇ ਪੋਲਿਟਿਕਸ ਨਹੀਂ ਹੋਣੀ ਤੁਸੀਂ ਕਹਿ ਰਹੇ ਕਿ ਕੁਦਰਤੀ ਆਫਤ ਦੇ ਨਾਲ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ ਤੇ ਸਰਕਾਰ ਨੂੰ ਖੜਕਾਓ ਪਿੰਡਾਂ ਦੇ ਵਿੱਚ ਸਰਕਾਰ ਨੂੰ ਖੜਕਾਓ ਵਾਰਡਾਂ ਦੇ ਵਿੱਚ ਸਰਕਾਰ ਨੂੰ ਖੜਕਾਓ ਸ਼ਹਿਰਾਂ ਦੇ ਵਿੱਚ ਗਵਰਨਰ ਨੇ ਮੰਗ ਪੱਤਰ ਲੈ ਲਿਆ ਉਹ ਚਿੱਠੀ ਕੱਢ ਦੇਣਗੇ ਸਰਕਾਰ ਨੂੰ ਕਿ ਇਦਾਂ ਮੈਨੂੰ ਵਫਦ ਮਿਲਿਆ ਉਹਨਾਂ ਨੇ ਤੁਹਾਡੇ ਇਲਜ਼ਾਮ ਆ ਅੱਗੇ ਗਵਰਨਰ ਦੀਆਂ ਚਿੱਠੀਆਂ ਪੰਜਾਬ ਸਰਕਾਰ ਜਵਾਬ ਨਹੀਂ ਦਿੰਦੀ ਤੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗੇ ਬਿਲ ਗਵਰਨਰ ਨਹੀਂ ਮੋਹਰ ਲਗਾਉਂਦੇ ਗਵਰਨਰ ਇਹਦੇ ਮਸਲੇ 'ਚ ਕੀ ਕਰ ਸਕਦਾ ਬੀਜੇਪੀ ਨੇ ਇੱਕ ਫਾਰਮੈਲਟੀ ਕੀਤੀ ਆ ਪਰ ਬੰਦਾਂ ਨੂੰ ਲੈ ਕੇ ਕਿ ਹੜ੍ਹ ਆਏ ਹੋ ਨੇ ਲੋਕੀ ਵਿਪਤਾ ਦੇ ਵਿੱਚ ਨੇ ਔਖੀ ਘੜੀ ਦੇ ਵਿੱਚ ਨੇ ਇਸ ਵੇਲੇ ਦੇ ਵਿੱਚ ਸਰਕਾਰ ਨੂੰ ਜੋ ਪ੍ਰਬੰਧ ਕਰਨੇ ਚਾਹੀਦੇ ਉਹ ਸਰਕਾਰ ਨੇ ਨਹੀਂ ਕੀਤੇ ਇਹ ਸੁਰੀਲ ਜਾਕਰ ਸਾਹਿਬ ਉਹਨਾਂ ਨੇ ਇਲਜ਼ਾਮ ਲਗਾ ਦਿੱਤੇ ਨੇ ਪਰ ਸਵਾਲ ਹੈ ਕਿ ਕੀ ਪੋਲਿਟਿਕਸ ਇਵੇਂ ਹੋਏਗੀ ਸਸਤੀ ਤੇ ਸਮੇਸਰ ਵਾਲੀ ਪੋਲਿਟਿਕਸ ਹੋਊਗੀ ਸਾਰੀਆਂ ਪਾਰਟੀਆਂ ਦਮ ਨਹੀਂ ਰਹਿ ਗਿਆ ਪੱਟਾ ਜੇ ਜਾਣਰੀ ਰਹਗੀ ਸੰਗ ਚ ਆਵਾਜ਼ ਨਹੀਂ ਰਹਗੀ ਇਸ ਕਰਕੇ ਸਾਰਿਆਂ ਨੂੰ ਭਗਵੰਤ ਮਾਨ ਤੋਂ ਡਰ ਲੱਗਦਾ ਹੈਗਾ ਲੋਕ ਮੁੱਦਿਆਂ ਨੂੰ ਲੈ ਕੇ ਵੀ ਲੋਕਾਂ ਚ ਵਿੱਚ ਪਾਰਟੀਆਂ ਨਹੀਂ ਵਿਚਰ ਰਹੀਆਂ ਹੈਗੀਆਂ ਕੀ ਸਾਰਿਆਂ ਦੀਆਂ ਕਮਜ਼ੋਰ ਕੜੀਆਂ ਭਗਵੰਤ ਮਾਨ ਕੋਲ ਹੈ ਜਾਂ ਇਹ ਲੱਗਦਾ ਹੈ ਕਿ ਸਾਰਿਆਂ ਦੀ ਜਿਤਾਉਣੀ ਇੱਕ ਜਿਹੜਾ ਤੋਤੇ ਦੀ ਜਿਹੜੀ ਇੱਕ ਰਾਜਾ ਹੁੰਦਾ ਉਹਦੀ ਜਿਹੜੀ ਜਾਣ ਇੱਕ ਤੋਤੇ ਜੁ ਹੁੰਦੀ ਆ ਤੇ ਇਸ ਕਰਕੇ ਲੱਗਦਾ ਪੰਜਾਬ ਦੇ ਵਿੱਚ ਜਿੰਨੇ ਕਾਂਗਰਸੀ ਆ ਜਿੰਨੇ ਭਾਜਪਾ ਵਾਲੇ ਨੇ ਜਿੰਨੇ ਕਾਲੀ ਦਲ ਆਣੇ ਉਹ ਸਾਰਿਆਂ ਦੀ ਜਿਹੜੀ ਜਾਣ ਨਾ ਉਹ ਉਹ ਭਗਵੰਤ ਮਾਨ ਦੀ ਮੁੱਠੀ ਚਾ ਇਸ ਕਰਕੇ ਪ੍ਰੈਸ ਕਾਨਫਰੈਂਸ ਤੱਕ ਸੀਮਤ ਆ ਪ੍ਰੈਸ ਕਾਨਫਰੈਂਸ ਦੇ ਵਿੱਚ ਗਾਲਾ ਗੂਲਾ ਕੱਢ ਲੈਂਦੇ ਨੇ ਗਵਰਨਰ ਨੂੰ ਮੰਗ ਪੱਤਰ ਦੇ ਲੈਂਦੇ ਨੇ ਬਸ ਇੰਨੀ ਕੀ ਪੋਲਿਟਿਕਸ ਰਹਿ ਗਈ ਆ ਜਦ ਤੱਕ ਲੋਕਾਂ ਦੇ ਮਸਲੇ ਲੋਕਾਂ ਵਿੱਚ ਨਹੀਂ ਲੈ ਕੇ ਜਾਂਦੇ ਲੋਕਾਂ 'ਚ ਨਹੀਂ ਵਿਚਰਦੇਗੇ ਤਦ ਤੱਕ ਇਸ ਪੋਲਿਟਿਕਸ ਦੇ ਨਾ ਅੱਜ ਪੈਰ ਲੱਗਣੇ ਨੇ ਨਾ ਕੱਲ ਲੱਗਣੇ ਨੇ ਨਾ ਪਰਸੋਂ ਲੱਗਣੇ ਨੇ ਤੇ ਨਾ ਭਵਿੱਖ 'ਚ ਲੱਗਣੇ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਸਨ ਸੌੜੇ ਅੱਜ ਤਿੰਨ ਮੁੱਦੇ ਤੁਹਾਨੂੰ ਕਿਵੇਂ ਦੇ ਲੱਗੇ ਇਹ ਚਰਚਾ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਤੁਸੀਂ ਦੱਸ ਸਕਦੇ ਹੋ ਅੱਗੇ ਹੋਰ ਕਿਸ ਵਿਸ਼ੇ ਤੇ ਅਸੀਂ ਗੱਲ ਕਰ ਸਕਦੇ ਹਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਆਪਣੀ ਰਾਏ ਪੇਸ਼ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦੋ ਆਗਿਆ ਧੰਨਵਾਦ